ਤਲਵੰਡੀ ਸਾਬੋ ਦੇ ਬਾਬਾ ਦੀਪ ਸਿੰਘ ਸਰਕਾਰੀ ਹਸਪਤਾਲ ਤੇ ਲੇਟ ਆਉਣ ਵਾਲੇ ਡਾਕਟਰਾਂ ਜਾਂ ਮਰੀਜ਼ਾਂ ਦੇ ਨਾਲ ਸਹੀ ਵਤੀਰਾ ਨਾ ਕਰਨ ਵਾਲੇ ਮੁਲਾਜ਼ਮਾਂ ਤੇ ਹੁਣ ਤੀਸਰੀ ਅੱਖ ਨਜ਼ਰ ਰੱਖੇਗੀ। ਜੀ ਹਾਂ, ਸਿਵਲ ਹਸਪਤਾਲ ਦੇ ਪ੍ਰਬੰਧਕਾਂ ਦੇ ਉਪਰਾਲੇ ਸਦਕਾ ਹੀ ਹਸਪਤਾਲ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਨੇ, ਜਿਸ ਤੇ ਕਿ ਸੀਨੀਅਰ ਮੈਡੀਕਲ ਅਫਸਰ ਦੀ ਨਿਗਾਹ ਰਹੇਗੀ। ਹਸਪਤਾਲ ਦੇ ਸਾਰੇ ਕੰਪਲੈਕਸ ਦੇ ਵਿੱਚ ਕੁੱਲ 17 ਕੈਮਰੇ ਲੱਗੇ ਨੇ। ਹਸਪਤਾਲ ਵਿੱਚ ਦੱਸ ਦਈਏ ਕਿ ਦਾਖਲ ਹੋਣ ਵਾਲਾ ਕੋਈ ਵੀ ਵਿਅਕਤੀ ਕੈਮਰੇ ਦੀ ਨਜ਼ਰ ਤੋਂ ਹੁਣ ਨਹੀਂ ਬਚ ਸਕੇਗਾ। ਤੇ ਦਰਅਸਲ ਅਜਿਹਾ ਇਸ ਕਰਕੇ ਕੀਤਾ ਗਿਆ ਹੈ ਕਿ ਹਸਪਤਾਲ ਦੇ ਵਿੱਚ ਅਕਸਰ ਹੀ ਸ਼ਰਾਰਤੀ ਅੰਸਰਾਂ ਵੱਲੋਂ ਭੰਨ ਤੋੜ ਅਤੇ ਲੋਕਾਂ ਵੱਲੋਂ ਗੰਦਗੀ ਫੈਲਾਏ ਜਾਣ ਦੇ ਕਈ ਮਾਮਲੇ ਸਾਹਮਣੇ ਆਏ ਸਨ, ਜਿਸ ਨੂੰ ਲੈ ਕੇ ਕਿ ਹਸਪਤਾਲ ਸਟਾਫ ਕੈਮਰੇ ਲਗਾਏ ਜਾਣ ਦੀ ਮੰਗ ਕਰ ਰਿਹਾ ਸੀ। ਹਸਪਤਾਲ ਦੇ ਪ੍ਰਬੰਧਕਾਂ ਦਾ ਹੁਣ ਇਹ ਕਹਿਣਾ ਹੈ ਕਿ ਕੈਮਰੇ ਲੱਗਣ ਦੇ ਨਾਲ ਮਰੀਜ਼ਾਂ ਤੇ ਸਟਾਫ ਦੀ ਸੁਰੱਖਿਆ ਵਿੱਚ ਵਾਧਾ ਹੋਵੇਗਾ। ਜੋ ਸਰਕਾਰੀ ਹਸਪਤਾਲਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦੀ ਜੋ ਇਹ ਪ੍ਰਕਿਰਿਆ ਚੱਲੀ ਹੈ, ਬਹੁਤ ਵਧੀਆ ਹੈਗਾ ਸਿਸਟਮ ਹੈ, ਕਿਉਂਕਿ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਕਰਾਉਣ ਵਾਸਤੇ ਜ਼ਿਆਦਾਤਰ ਗਰੀਬ ਲੋਕ ਆਉਂਦੇ ਹਨ, ਉਹਨਾਂ ਦਾ ਖਾਸ ਤੌਰ 'ਤੇ ਸ਼ੋਸ਼ਣ ਕੀਤਾ ਜਾਂਦਾ ਗਾ। ਇਹਦੇ ਨਾਲ ਨਾਲ ਇਹ ਵੀ ਜ਼ਰੂਰੀ ਬਣ ਜਾਏਗਾ ਹੁਣ ਜੋ ਡਾਕਟਰ ਕਿਸ ਤਰੀਕੇ ਦੀ ਆਪਦੀ ਜਿਹੜੀਆਂ ਸੇਵਾਵਾਂ ਦੇ ਰਹੇ ਨੇ, ਸਹੀ ਟਾਈਮ 'ਤੇ ਆ ਰਹੇ ਨੇ, ਕਿੱਥੇ ਕਿਸ ਤਰੀਕੇ ਦਾ ਵਰਕ ਹੋ ਰਿਹਾ ਗਾ, ਹਰ ਇੱਕ ਚੀਜ਼ ਜੋ ਨਿਗਾਹ ਦੇ ਵਿੱਚ ਸੀਸੀਟੀਵੀ ਕੈਮਰੇ 'ਤੇ ਰਹੇਗਾ, ਇੱਕ ਬਹੁਤ ਵਧੀਆ ਉਪਰਾਲਾ ਗਾ। ਅਤੇ ਅਸੀਂ ਪ੍ਰਸ਼ਾਸਨ ਤੋਂ ਆਸ ਕਰਦੇ ਹਾਂ, ਜਿਸ ਤਰੀਕੇ ਨਾਲ ਪਹਿਲਾਂ ਬਾਇਓਮੈਟ੍ਰਿਕ ਮਸ਼ੀਨ ਸੀ ਜਿਹਦੇ 'ਤੇ ਡਾਕਟਰ ਦੀ ਹਾਜ਼ਰੀ ਲੱਗਦੀ ਸੀਗੀ, ਉਹ ਇੱਥੋਂ ਡਿਸਟਰੋਏ ਕਰ ਦਿੱਤੀ ਗਈ ਆ। ਕਿਰਪਾ ਕਰਕੇ ਅਸੀਂ ਕਹਿੰਦੇ ਵੀ ਸੀਸੀਟੀਵੀ ਕੈਮਰੇ ਵੀ ਉਸ ਤਰੀਕੇ ਦੇ ਨਾ ਹਾਲਤ ਦੇ ਵਿੱਚ ਨਾ ਚਲੇ ਜਾਣ। ਇੱਕ ਜਿਹੜੀ ਕੈਮਰੇ ਸ਼ੁਰੂ ਕੀਤੇ, ਮੇਨ ਮਕਸਦ ਇਹੀ ਸੀਗਾ ਵੀ ਹਸਪਤਾਲ ਦੇ ਵਿੱਚ ਜਿਵੇਂ ਵਾਹਨ ਵਗੈਰਾ ਜਾਂ ਟੂ ਵੀਲਰਸ ਵਗੈਰਾ ਦੀ ਚੋਰੀ ਜ਼ਿਆਦਾ ਹੋ ਜਾਂਦੀ ਸੀਗੀ, ਅਤੇ ਇੱਕ ਉਹਦਾ ਕੋਈ ਰੈਗੂਲੇਟ ਨਹੀਂ ਸੀ ਹੋ ਰਿਹਾ ਵੀ ਜਿਹੜੇ ਮਰਜ਼ੀ ਖੜਾ ਆਉਂਦੇ ਸੀਗੇ ਬੰਦੇ, ਜਾਂ ਖੜਾ ਤਾ ਅਤੇ ਜਾਂ ਅਨਆਥੋਰਾਈਜ਼ ਪਰਸਨ ਆ ਗਏ ਚਲੇ ਗਏ ਆ ਗਏ ਚਲੇ ਗਏ। ਉਹ ਪਤਾ ਲੱਗਿਆ ਸੀਗਾ ਵੀ ਕੁਛ ਸਟੂਡੈਂਟ ਮੁੰਡੇ ਜਾਂ ਆਉਂਦੇ ਸੀਗੇ ਉਹ ਗਲਤ ਯੂਜ਼ ਕਰਦੇ ਸੀਗੇ ਜਾਂ ਕੋਈ ਇੱਧਰ ਪਿਸ਼ਾਬ ਕਰ ਗਿਆ ਉਸ ਤਰ੍ਹਾਂ ਦਾ, ਉਹਨੂੰ ਰੋਕਣ ਦੇ ਲਈ ਉਸ ਮਕਸਦ ਦੇ ਨਾਲ ਉਹ ਕੈਮਰੇ ਸ਼ੁਰੂ ਕੀਤੇ ਆ। ਅਤੇ ਇਹਦੀ ਇੱਕ ਸਿਕਿਉਰਿਟੀ ਪਰਪਸ ਵੀ ਹੈਗਾ, ਫੀਮੇਲ ਸਟਾਫ ਸਾਡਾ ਇੱਥੇ ਜ਼ਿਆਦਾ ਰਹਿੰਦਾ, ਉਹ ਮਤਲਬ ਵੀ ਉਸ ਤਰ੍ਹਾਂ ਦੀ ਕੋਈ ਘਟਨਾ ਜੇ ਵਾਪਰਦੀ ਵੀ ਹੈ ਤਾਂ ਸਾਡੇ ਕੋਲ ਔਨ ਰਿਕਾਰਡ ਹੋ ਜਾਏਗਾ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਹੈ, ਅਤੇ ਅਸੀਂ ਉਹਦੇ ਸੰਬੰਧ 'ਚ ਫਿਰ ਡੈਫੀਨੇਟਲੀ ਕਦਮ ਚੱਕਾਂਗੇ। ਉਹ ਅਸੀਂ ਇਹਦੇ ਬਾਰੇ ਕਹਿਣਾ ਚਾਹੁੰਦੇ ਹਾਂ ਜੀ, ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ। ਸੀਸੀਟੀਵੀ ਨਾਲ ਆਏ ਹੋਏ ਪੇਸ਼ੈਂਟਾਂ ਨੂੰ ਆਪਦੇ ਸਮਾਨ ਦੀ ਦੇਖ ਰੇਖ ਅਤੇ ਹੋਰ ਵੀ ਕੰਮਾਂ ਵਿੱਚ ਇਸ ਦੀ ਬਹੁਤ ਆਪਾਂ ਨੂੰ ਆਮ ਜ਼ਰੂਰਤ ਹੈ ਸੀਸੀਟੀਵੀ ਕੈਮਰਿਆਂ ਦੀ। ਅੱਜ ਕੱਲ੍ਹ ਆਪਾਂ ਦੇਖ ਹੀ ਰਹੇ ਹਾਂ ਕਿ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਹ ਸੀਸੀਟੀਵੀ ਫੜ ਲੈਂਦਾ ਉਹਨੂੰ, ਅਤੇ ਇਹਦੇ ਨਾਲ ਨਾਲ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਤੋਂ ਜੋ ਵੀ ਡਾਕਟਰ ਜਾਂ ਕੋਈ ਹੋਰ ਇੱਥੇ ਦਾ ਮੁਲਾਜ਼ਮ ਆਪਦੇ ਟਾਈਮ ਤੋਂ ਲੇਟ ਆਉਂਦਾ ਹੈ ਅਤੇ ਛੁੱਟੀ ਹੋਣ ਤੋਂ ਪਹਿਲਾਂ ਚਲਾ ਜਾਂਦਾ ਹੈ, ਉਹਨਾਂ 'ਤੇ ਵੀ ਬਹੁਤ ਨਿਗਾਹ ਰੱਖੀ ਜਾਵੇ।